ਜਿੱਥੇ ਇੱਕ ਪਾਸੇ ਪਹਿਲਾਂ ਕੁਦਰਤ ਨੇ ਕਿਸਾਨਾਂ ਦੀਆਂ ਫਸਲਾਂ ਦੇ ਨਾਲ ਖਿਲਵਾੜ ਕੀਤਾ, ਉੱਥੇ ਹੀ ਹੁਣ ਕਮਿਸ਼ਨ ਏਜੰਟ ਕਿਸਾਨਾਂ ਦੇ ਨਾਲ ਖੇਡ ਖੇਡ ਰਹੇ ਨੇ। ਜਾਣਕਾਰੀ ਮੁਤਾਬਿਕ ਕਮਿਸ਼ਨ ਏਜੰਟ ਕਿਸਾਨਾਂ ਦੀ ਕਣਕ ਨੂੰ 1.5 ਕਿਲੋ ਜ਼ਿਆਦਾ ਤੋਲ ਕੇ ਕਿਸਾਨਾਂ ਨੂੰ ਲੱਖਾਂ ਦਾ ਚੂਨਾ ਲਾ ਰਹੇ ਨੇ। ਬੀਤੇ ਦਿਨੀ ਹਰਸਿਮਰਤ ਕੌਰ ਬਾਦਲ ਵੱਲੋਂ ਇਸ ਸੰਬੰਧੀ ਬਠਿੰਡਾ ਦੇ ਦਾਣਾ ਮੰਡੀ ਦਾ ਦੌਰਾ ਵੀ ਕੀਤਾ ਗਿਆ ਸੀ ਤੇ ਮਸ਼ੀਨਾਂ ਦੀ ਚੈਕਿੰਗ ਕਰ ਛਾਪੇਮਾਰੀ ਵੀ ਕੀਤੀ ਗਈ ਸੀ। ਦਿਨਾਂ ਤੋਂ ਦੇਖ ਰਹੀ ਹਾਂ ਕਿ ਸਾਰੀ ਮੰਡੀਆਂ ਭਰੀਆਂ ਹੋਈਆਂ ਨੇ ਤੇ ਰੋਜ਼ ਜ਼ਿਆਦਾ ਹੀ ਜ਼ਿਆਦਾ ਭਰੀ ਜਾ ਰਹੀਆਂ। ਕੱਲ ਮੈਂ ਦੇਖਿਆ ਕਿ ਰਸਤੇ 'ਚ ਕਿਸਾਨਾਂ ਨੇ ਧਰਨੇ ਵੀ ਮਾਰੇ ਸੀ। ਅੱਜ ਦੀ ਖਬਰ ਪੜਨ ਤੋਂ ਬਾਅਦ ਮੈਂ ਇੱਥੇ ਬਠਿੰਡੇ ਮੰਡੀ ਵਿੱਚ ਆਈ ਹਾਂ ਤੇ ਮੈਨੂੰ ਇੱਥੇ ਕਿਸਾਨ ਮਿਲੇ ਨੇ ਜਿਹੜੇ 5-5, 7-7 ਦਿਨ ਤੋਂ ਇੱਥੇ ਬੈਠੇ ਹੋਏ ਨੇ ਬਿਲਕੁਲ ਖੱਜਲ ਖਵਾਰ ਹੋ ਕੇ। ਕੋਈ ਪਰਚੇਸ ਏਜੰਸੀ ਇੱਥੇ ਨਹੀਂ ਹੈਗੀ। ਜਦ ਕਿਸਾਨਾਂ ਨੂੰ ਪੁੱਛਿਆ, ਸਾਰਿਆਂ ਨੇ ਕਿਹਾ ਕਿ ਮੰਡੀ ਭਰੀ ਹੋਈ ਹੈ, ਲੇਕਿਨ ਸਾਰਿਆਂ ਨੂੰ ਕਿਹਾ ਗਿਆ ਹੈ ਕਿ ਤੁਹਾਡੇ ਫਸਲ ਵਿੱਚ, ਤੁਹਾਡੇ ਦਾਣਿਆਂ ਵਿੱਚ ਮੋਇਸਚਰ ਵਧੇ, ਜਿਹਦੇ ਕਰਕੇ ਏਜੰਸੀ ਖਰੀਦ ਨਹੀਂ ਕਰ ਰਹੀ ਹੈ। ਮੈਂ ਮਸ਼ੀਨ ਮੰਗਵਾਈ ਜਿਹਦੇ ਵਿੱਚ ਇਹ ਮੋਇਸਚਰ ਲੈਵਲ ਚੈੱਕ ਕਰ ਰਹੇ ਨੇ ਤਾਂ ਮੈਨੂੰ ਫਸਲ ਦੇ ਉੱਤੇ ਫਸਲ ਪਾ ਕੇ ਜਦ ਦਿਖਾਏ ਕਿ ਮੋਇਸਚਰ 15-20% ਆ ਰਿਹਾ ਹੈਗਾ, ਮੈਂ ਉਹਨਾਂ ਨੂੰ ਕਿਹਾ ਮਸ਼ੀਨ ਨੂੰ ਖਾਲੀ ਕਰਕੇ ਉਹਨੂੰ ਦਬਾ ਕੇ ਦੇਖੋ। ਜਦ ਮਸ਼ੀਨ ਨੂੰ ਸਾਰੇ ਦਾਣੇ ਕੱਢ ਕੇ ਜਦ ਦਬਾਇਆ, ਉਹ ਸ਼ੁਰੂ ਹੀ 5 ਤੋਂ ਹੋ ਰਹੀ ਹੈ। ਸੋ ਕਿਸਾਨਾਂ ਨੂੰ ਇੱਕ ਤਾਂ ਦਿਖਾ ਨਹੀਂ ਰਹੇ ਮੋਇਸਚਰ ਕਿੰਨਾ ਹੈਗਾ, ਨਾਲੇ 5 ਤੋਂ ਸ਼ੁਰੂ ਕਰੇ ਜਿੱਦੀ 17 ਹੈਗੀ, ਜਿੱਦੀ 18, ਉਹ ਸਭ ਮੋਇਸਚਰ ਲੈਵਲ ਦੇ ਵਿਧੇ ਨੇ, ਲੇਕਿਨ ਮੋਇਸਚਰ ਵੱਧ ਕਹਿ ਕੇ ਉਹਨਾਂ ਨੂੰ ਇੱਕ ਖੱਜਲ ਖਵਾਰ ਕਰਕੇ ਨਹੀਂ। ਪਤਾ ਨਹੀਂ ਹੁਣ ਇਹ ਕਰਪਸ਼ਨ ਕਰਨ ਦਾ ਤਰੀਕਾ ਹੈ ਕਿ ਖੱਜਲ ਖਵਾਰ ਕਰਨ ਦਾ ਤਰੀਕਾ ਹੈ। ਕੋਈ ਸਰਕਾਰੀ ਅਫਸਰ ਇਸੇ ਮੌਕੇ ਤੇ ਨਹੀਂ ਹੈਗਾ। ਮੈਂ DC ਨੂੰ ਫੋਨ ਕੀਤਾ ਕਿ ਆ ਕੇ ਤੁਸੀਂ ਇਹ ਗਲਤ ਮਸ਼ੀਨਾਂ ਕਿਵੇਂ ਫਰਾਡ ਦਾ ਕੇਸ ਰਜਿਸਟਰ ਕੀਤਾ ਜਾਏ, ਜਿਹੜੇ ਗਲਤ ਮਸ਼ੀਨਾਂ ਦੇ ਨਾਲ ਤੇ ਉਹ ਏਜੰਸੀ ਜਿਹੜਾ ਕਿਸਾਨਾਂ ਨੂੰ ਖੱਜਲ ਖਵਾਰ ਕਰ ਰਹੀਆਂ ਨੇ, ਜਾਣ ਬੁੱਝ ਕੇ ਉਹਨਾਂ ਨੂੰ 5-5, 7-7 ਦਿਨ ਇੱਥੇ ਬਿਠਾ ਕੇ ਉਹਨਾਂ ਦੀ ਫਸਲ ਰੋਲੀ ਹੋਈ ਹੈ। ਅੱਜ ਮੌਸਮ 'ਚ ਕੋਈ ਮੀਂਹ ਪੈਂਦਾ ਹੈ ਤਾਂ ਚੰਗੀ ਪੱਕੀ ਪਕਾਈ ਵਧੀਆ ਫਸਲ ਉਹਨਾਂ ਦੀ, ਉਹ ਫਿਰ ਬਰਬਾਦ ਹੋ ਜੂਗੀ। ਫਿਰ ਕਹਿਣਗੇ ਅਸੀਂ ਨਹੀਂ ਚੱਕਾਂਗੇ, ਮੋਇਸਚਰ ਵੱਧ ਹੋ ਗਿਆ। ਸੋ ਇਹ ਮੈਂ ਹੈਰਾਨ ਹਾਂ ਕਿ ਇਹ ਸਰਕਾਰ ਕਰ ਕੀ ਰਹੀ ਹੈ। ਰਾਜਾ ਸਾਹਿਬ ਨੂੰ ਬਿਲਕੁਲ ਗਲਤ ਦੱਸਿਆ ਜਾ ਰਿਹਾ ਹੈ ਕਿ ਮੋਇਸਚਰ ਜ਼ਿਆਦਾ ਹੈ। ਮੋਇਸਚਰ ਮੋਇਸਚਰ ਮਸ਼ੀਨ ਤਾਂ ਖੋਲ ਆ ਕੇ ਕੋਈ ਮੰਡੀ 'ਚ ਦੇਖੇ ਕਿ ਮੋਇਸਚਰ ਮਸ਼ੀਨ 'ਤੇ ਸਾਰੀ ਇਹਨਾਂ ਨੇ ਫਜ ਕੀਤੀਆਂ ਹੋਈਆਂ। ਪਰ ਇਹ ਕਹਾਣੀ ਸਿਰਫ ਇੱਕ ਸੂਬੇ ਦੀ ਨਹੀਂ, ਸਗੋਂ ਪੂਰੇ ਪੰਜਾਬ ਦੀ ਹੈ, ਕਿਉਂਕਿ ਵੱਖ ਵੱਖ ਥਾਵਾਂ ਤੇ ਕਿਸਾਨਾਂ ਦੇ ਨਾਲ ਅਜਿਹੀ ਧੋਖਾਧੜੀ ਹੋ ਰਹੀ ਹੈ। ਬਰਨਾਲਾ ਦੇ ਪਿੰਡ ਧੋਲਾ ਦੀ ਅਨਾਜ ਮੰਡੀ 'ਚ ਕਿਸਾਨ ਯੂਨੀਅਨਾਂ ਨੇ ਕਮਿਸ਼ਨ ਏਜੰਟ ਦੇ ਖਿਲਾਫ ਜੰਮ ਕੇ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਦੱਸਿਆ ਕਿ ਕਮਿਸ਼ਨ ਏਜੰਟ ਤੋਲੀ ਹੋਈ ਕਣਕ ਨੂੰ ਆਪਣੇ ਕੋਲ ਤੋਲਦੇ ਨੇ ਤੇ ਉਸਦਾ ਵਜ਼ਨ 1.5 ਕਿਲੋ ਵਧਾ ਦਿੰਦੇ ਨੇ। ਕਿਸਾਨਾਂ ਨੇ ਮੌਕੇ ਤੇ ਬੋਰੀਆਂ ਦਾ ਵਜ਼ਨ ਕਰ ਸ਼ਰੇਆਮ ਚੱਲ ਰਹੀ ਇਸ ਘਪਲੇਬਾਜ਼ੀ ਦਾ ਪਰਦਾ ਫਾਸ਼ ਕੀਤਾ। ਇੱਥੇ ਚਾਰ ਆੜਤੀਆਂ ਵੱਲੋਂ ਅੰਨੀ ਲੁੱਟ ਮਚਾਈ ਹੋਈ ਹੈ। ਆ ਤੁਸੀਂ ਦੇਖਿਆ ਹੈਗਾ 30 ਕਿਲੋ ਦਾ ਗੱਟਾ ਕੋਈ 31 ਦਾ ਹੋਈ ਜਾਂਦਾ, ਕੋਈ 31.5 ਦਾ, 30-500 ਗ੍ਰਾਮ ਹੋਈ ਜਾਂਦਾ ਕੋਈ। ਮਤਲਬ ਇੱਥੇ ਕਿਸਾਨ ਦੀ ਅੰਨੀ ਲੁੱਟ ਮਚਾਈ ਹੋਈ ਹੈ ਨਾ ਆੜਤੀਆਂ ਦੀ, ਕਿਉਂਕਿ ਅੱਜ ਸਰਕਾਰਾਂ ਨੇ ਕਿਹੋ ਜਿਹਾ ਮਾਹੌਲ ਬਣਾਤਾ। ਸਾਡਾ ਪਹਿਲਾਂ ਕਾਉਂਟਰ ਦੀ ਭਰਤੀ ਹੁੰਦੀ ਸੀ, ਉਸ ਸਮੇਂ ਵੀ ਮਤਲਬ ਸਾਥੋਂ ਪੈਸੇ ਵਸੂਲੇ ਜਾਂਦੇ ਸੀ। ਅੱਜ ਉਹਨੂੰ ਕਦੇ 65 ਕਿਲੋ 'ਚ ਲਿਆਉਂਦਾ, ਕਦੇ 99 'ਚ ਲਿਆਉਂਦਾ। ਅੱਜ 30 ਕਿਲੋ ਦੇ ਵਿੱਚ ਕਿਸਾਨ ਦੀ ਲੁੱਟ ਕੀਤੀ ਜਾ ਰਹੀ ਹੈ। ਤੁਸੀਂ ਸਰੇਆਮ ਦੇਖ ਰਹੇ ਹੋ ਵੀ ਅੱਜ ਸਰਕਾਰਾਂ ਕਿਸ ਨੇ ਕਿੱਧਰ ਨੂੰ ਸਾਡੇ ਸਿਸਟਮ ਨੂੰ ਲੈ ਗਈਆਂ। ਇਨਸਾਫ ਦੇਣ ਦੀ ਖਾਤਰ ਕਿਸਾਨ ਸਾਡੇ ਮਾਰਕੀਟ ਕਮੇਟੀ ਲਾਈ ਜਾਂਦੀ ਹੈ ਤੇ ਇੱਥੇ ਮਾਰਕੀਟ ਕਮੇਟੀ ਅੱਖਾਂ ਮੀਚੀ ਬੈਠੀ ਆ, ਕਿਤੇ ਕਿਸਾਨਾਂ ਦੀ ਬੰਨੇਵਾ ਲੁੱਟ ਹੋ ਰਹੀ ਆ, ਇਹਨਾਂ ਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ। ਅਸੀਂ ਅੱਜ 30 ਕਿਲੋ ਦੀ ਭਰਤੀ ਨੂੰ ਲੈ ਕੇ ਅਸੀਂ ਵਿਰੋਧ 'ਚ ਆਏ ਸੀ। ਜਦੋਂ ਗਾਹਾਂ ਆੜਤੀਆਂ ਤੋਂ ਦੇਖਿਆ ਤਾਂ 1 ਕਿਲੋ 1.5-1.5 ਕਿਲੋ ਤੇ 500 ਗ੍ਰਾਮ 30 ਕਿਲੋ ਦੀ ਭਰਤੀ ਮੁਤਾਬਕ ਜਾਣਦੀ ਵੱਧ ਜੋਖੇ ਜਾਣਦੀ ਸੀ ਆੜਤੀਆਂ ਫੜੇ ਨੇ, ਜਿਹਦੇ ਨਾਲ ਘੇਰ ਕੇ ਪਿਛਲੇ ਸਮਿਆਂ 'ਚ ਵੀ ਅਸੀਂ ਹਰ ਹਾੜੀ ਸੋਣੀ ਫੜਦੇ ਇਹਨਾਂ ਨੂੰ। ਹਰ ਹਾੜੀ ਸੋਣੀ ਦੇ ਵਿੱਚ ਸਾਨੂੰ ਆ ਮਾਰਕੀਟ ਕਮੇਟੀ ਵਾਲੇ ਆਉਂਦੇ ਨੇ, ਭਰੋਸਾ ਦਵਾ ਜਾਂਦੇ ਨੇ, ਪਰ ਕੁਛ ਨਹੀਂ ਕਰਨ ਨੂੰ ਕੁਛ ਨਹੀਂ ਮਿਲਦਾ ਜੀ। ਸਾਡੇ ਇੰਨੀ ਲੁੱਟ ਹੈ, ਇਸੇ ਕਰਕੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ, ਕਿਉਂਕਿ ਸਰਕਾਰਾਂ ਇਹਨਾਂ ਨਾਲ ਮਿਲੀਆਂ ਭੁਗਤੀਆਂ ਹੋਈਆਂ ਨੇ। ਇਸ ਕਰਕੇ ਅਸੀਂ ਮੰਗ ਕਰਦੇ ਹਾਂ ਵੀ ਇੱਕ ਤਾਂ ਸਾਡਾ 30 ਕਿਲੋ ਵਾਲਾ ਵਜਨ ਆ ਜਿਹੜਾ 50 ਕਿਲੋ ਦਾ ਕੀਤਾ ਜਾਵੇ, ਦੂਜਾ ਮਾਰਕੀਟ ਕਮੇਟੀ ਕਹਿੰਦੀ ਅਸੀਂ ਇਹਨਾਂ ਨੂੰ ਜੁਰਮਾਨਾ ਕਰਾਂਗੇ, ਪਰ ਜੁਰਮਾਨਾ ਪਿਛਲੀ ਵਾਰ ਵੀ ਕੀਤਾ ਸੀ 1500 ਤੋਂ 500, ਪਰ ਕਿਸਾਨਾਂ ਨੇ ਘੇਰ ਕੇ ਉਹਨਾਂ ਨੂੰ ਜਾਣ ਦੀ 15,000 ਰੁਪਇਆ ਕੀਤਾ ਸੀ, ਪਰ 15,000 ਨਾਲ ਸਾਡਾ ਮਸਲਾ ਨਹੀਂ ਹੱਲ। ਸਾਨੂੰ 70 ਸਾਲ ਤੋਂ ਲੁੱਟਦੇ ਆ ਰਹੇ ਨੇ, ਪਰ ਇਹ ਜੁਰਮਾਨਿਆਂ ਨਾਲ ਨਹੀਂ ਮਸਲਾ ਹੋਣਾ, ਇਹਨਾਂ ਦੇ ਲਾਇਸੈਂਸ ਕੈਂਸਲ ਹੋਣੇ ਚਾਹੀਦੇ ਨੇ, ਇਹਨਾਂ ਨੂੰ ਮੁੜ ਕੇ ਆੜਤ ਤੋਂ ਕੰਮ ਨਹੀਂ, ਇਹਨਾਂ ਦਾ ਧੰਦਾ ਜਿਹੜਾ ਉਹ ਖਤਮ ਕਰਨਾ ਚਾਹੀਦਾ, ਸਾਡੀ ਇਹ ਮੰਗ ਹੈ। ਜਦੋਂ ਕਮਿਸ਼ਨ ਏਜੰਟ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਲੇਵਰ ਦੀ ਲਾਪਰਵਾਹੀ ਦਾ ਬਹਾਨਾ ਲਾ ਕੇ ਆਪਣਾ ਪੱਲਾ ਝਾੜ ਲਿਆ। ਉਹਦਾ ਲੇਬਰ ਵਾਲਾ ਤੁਸੀਂ ਕੋਈ ਗਲਤੀ ਹੋ ਗਈ, ਉਹ ਸਾਡਾ ਇਹਦੇ ਵਿੱਚ ਕੋਈ ਨਹੀਂ ਹੈ। ਆਪਣੀ ਗੈਰ ਮੌਜੂਦਗੀ ਜਾਹਿਰ ਕੀਤੀ। ਹੁਣ ਆਖਿਰ ਸਵਾਲ ਇਹੀ ਉੱਠਦਾ ਹੈ ਕਿ ਕਿਸਾਨਾਂ ਦੇ ਨਾਲ ਹੋ ਰਹੀ ਇਸ ਧੋਖਾਧੜੀ ਦੀ ਸੁਣਵਾਈ ਕੌਣ ਕਰੇਗਾ।
ਬਰਨਾਲਾ ਤੋਂ ਬਾਲਕ੍ਰਿਸ਼ਨ ਗੋਇਲ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ, ਅੱਜ ਹੀ ਕੰਟੈਕਟ ਕਰੋ 92563 92563।